ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਤਿਹਗੜ੍ਹ ਚੂੜੀਆਂ ਅਤੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਰਸ਼ਾਹ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ 'ਚ ਵੱਡੀ ਗਿਣਤੀ ਵਿੱਚ ਵੱਖ ਵੱਖ ਥਾਵਾਂ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਗੁਰਬਾਣੀ ਦਾ ਗੁਣਗਾਨ ਕੀਤਾ। ਸਜਾਏ ਗਏ ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਉੱਪਰ ਸੰਗਤਾਂ ਵੱਲੋਂ ਸਵਾਗਤੀ ਗੇਟ ਲਾ ਕੇ ਸਵਾਗਤ ਕੀਤਾ ਗਿਆ ਅਤੇ ਥਾਂ ਥਾਂ ਉੱਪਰ ਵੱਖ ਵੱਖ ਪ੍ਰਕਾਰ ਦੇ ਲੰਗਰ ਵਰਤਾਏ ਗਏ। ਦਿਖਾਉਂਦੇ ਹਾਂ ਤੁਹਾਨੂੰ ਫਤਿਹਗੜ੍ਹ ਚੂੜੀਆਂ ਤੋਂ ਵਿਸ਼ੇਸ਼ ਰਿਪੋਰਟ। ਤੁਸੀਂ ਦੇਖ ਰਹੇ ਹੋ ਈ ਪੰਜਾਬ ਟੀਵੀ। ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਤਿਹਗੜ੍ਹ ਚੂੜੀਆਂ ਦੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਜੋ ਕੱਢਿਆ ਜਾ ਰਿਹਾ। ਸਾਡੇ ਨਾਲ ਜੁੜੀਆਂ ਨੇ ਅਹਿਮ ਸ਼ਖਸੀਅਤਾਂ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਹਾਂਜੀ ਕਾਬਲ ਸਿੰਘ ਜੀ, ਅੱਜ ਟਾਹਲੀ ਸਾਹਿਬ ਤੋਂ ਸ਼੍ਰੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਸਜਾਇਆ ਗਿਆ, ਤੇ ਕੀ ਸੰਗਤਾਂ ਨੂੰ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵੱਲੋਂ ਇਹੀ ਸੰਗਤਾਂ ਨੂੰ ਉਪਦੇਸ਼ ਹੈ ਕਿ ਵੱਧ ਤੋਂ ਵੱਧ ਅਸੀਂ ਗੁਰਸਿੱਖੀ ਜੀਵਨ ਨਾਲ ਜੁੜੀਏ ਅਤੇ ਇਸੇ ਤਰ੍ਹਾਂ ਗੁਰੂਆਂ ਦੇ ਜਨਮ ਦਿਹਾੜੇ ਮਨਾਉਂਦੇ ਰਹੀਏ, ਚੜ੍ਹਦੀ ਕਲਾ ਵਿੱਚ ਮਨਾਉਂਦੇ ਰਹੀਏ, ਗੁਰਸਿੱਖੀ ਜੀਵਨ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਮਨਾ ਰਹੇ। ਇਹ 12ਵਾਂ ਆਇਆ ਇਸ ਐਤ ਕੀ, 12 ਸਾਲ ਤੋਂ ਸਾਧ ਸੰਗਤ ਦਾ ਬੜੇ ਪਿਆਰ ਦੇ ਨਾਲ, ਬੜੇ ਸ਼ਾਂਤਮਈ ਦੇ ਨਗਰ ਦੇ ਨਿਕਲ ਰਹੇ ਨੇ ਸੰਗਤ ਦੇ ਸਹਿਯੋਗ ਨਾਲ, ਤੇ ਇਸ ਤਰ੍ਹਾਂ ਅੱਗੇ ਨਿਕਲਦੇ ਜਾਣਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੁਸਾਰ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਤਿਹਗੜ੍ਹ ਚੂੜੀਆਂ 'ਚ ਨਗਰ ਕੀਰਤਨ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਨੂੰ, ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਅੱਜ ਜੀ ਮੇਰੇ ਵੱਲੋਂ, ਸਾਰੀ ਟੀਮ ਵੱਲੋਂ, ਸਾਡੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਔਰ ਸਾਰੇ ਇਲਾਕੇ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਜਨਮ ਦਿਹਾੜੇ 'ਤੇ ਦੇਸ਼ ਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਪ੍ਰਦੇਸ਼ਾਂ ਦੇ ਵਿੱਚ ਵੀ ਸਾਡੇ ਪੰਜਾਬ ਦੇ ਭਾਰਤ ਦੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਦਾ ਦਿਨ ਸਾਡੇ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਬਹੁਤ ਸਾਡੇ ਭਾਰਤ ਦੇ ਵਿੱਚ ਤਕਰੀਬਨ ਕੋਈ ਕਿਨਾਰਾ ਨਹੀਂ ਉਹਨਾਂ ਨੇ ਇੱਦਾਂ ਦਾ ਛੱਡਿਆ ਜਿੱਥੇ ਜਾ ਕੇ ਉਹਨਾਂ ਨੇ ਆਪਣੀ ਪਹੁੰਚ ਕੇ ਲੋਕਾਂ ਦੀ ਸੰਗਤ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਇੱਕੋ ਹੀ ਸਿੱਖਿਆ ਮਿਲੀ ਸੀ, ਵੰਡ ਛਕੋ ਸਾਰੇ ਰਲ ਮਿਲ ਕੇ, ਉਹਦੀ ਮਿਸਾਲ ਕੀ ਵੰਡ ਛਕੋ ਕੀਰਤ ਕਰੋ, ਉਹਨਾਂ ਨੇ ਖੁਦ ਕੀਰਤ ਕੀਤੀ ਸੀ ਵੀ ਨਾਮ ਜਪ ਕੇ ਵੰਡ ਛਕ ਕੇ ਔਰ ਕੀਰਤ ਕਰੋ, ਮਿਹਨਤ ਕਰਕੇ ਖਾਓ। ਮੈਂ ਇਹੋ ਹੀ ਸੁਨੇਹਾ ਦੇਣਾ ਚਾਹੁੰਦਾ ਧੰਨ ਧੰਨ ਗੁਰੂ ਗੁਰੂ ਅੱਜ ਜੋ ਜਨਮ ਦਿਹਾੜੇ 'ਤੇ ਸਾਰਿਆਂ ਨੂੰ, ਸਾਰੇ ਰਲ ਮਿਲ ਕੇ ਖੁਸ਼ੀਆਂ ਮਾਣੋ, ਰਲ ਮਿਲ ਕੇ ਰਹੋ ਆਪਣੇ ਪਰਿਵਾਰਾਂ 'ਚ, ਇਲਾਕਾ ਨਿਵਾਸੀਆਂ 'ਚ, ਆਪਣੇ ਸ਼ਹਿਰ ਦੇ ਵਿੱਚ, ਖਾਸ ਕਰਕੇ ਸ਼ਹਿਰ ਫਤਿਹਗੜ੍ਹ ਚੂੜੀਆਂ ਨੂੰ। ਮੈਂ ਅੱਜ ਜੋ ਇਹਨਾਂ ਨੇ ਪ੍ਰੋਗਰਾਮ ਦਾ ਬੜਾ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਹੈ, ਔਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹਨਾਂ ਨੇ ਮੈਨੂੰ ਇੱਥੇ ਬੜਾ ਪਿਆਰ ਮਾਣ ਦਿੱਤਾ ਹੈ। ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ, ਇਹਨਾਂ ਦਾ ਰੀ ਨਹੀਂ ਆ, ਅਤੇ ਇੰਨਾ ਪਿਆਰ ਦਿੰਦੇ ਨੇ। ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਹਾਂਜੀ, ਅੱਜ ਤਾਂ ਬਹੁਤ ਵੱਡਾ, ਅੱਜ ਬਹੁਤ ਵੱਡਾ ਜਨਮ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਸਾਡੇ ਜਗਤ ਗੁਰੂ ਜੀ ਦਾ ਜਨਮ ਦਿਹਾੜਾ ਹੈ ਜੀ, 553ਵਾਂ, ਅਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਇੱਦਾਂ ਹੀ ਵਾਹਿਗੁਰੂ ਜੀ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣ, ਹੱਕ ਸੱਚ ਵਾਸਤੇ ਇੱਦਾਂ ਖੜੇ ਰਹੀਏ। ਜਗਤ ਗੁਰੂ ਬਾਬਾ ਨਾਨਕ ਜੀ ਜਿਹੜੇ ਕਿ ਕਲਯੁੱਗ ਦੇ ਵਿੱਚ ਬਹੁਤ ਵੱਡੇ ਫਿਲਾਸਫਰ ਹੋਏ ਨੇ, ਉਹਨਾਂ ਦਾ ਫਰਮਾਨ ਸੀਗਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਅੱਜ ਸਾਡੇ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਸਾਡੀਆਂ ਧੀਆਂ ਦੀ, ਭੈਣਾਂ ਦੀ ਬੇਇੱਜ਼ਤੀ ਹੋ ਰਹੀ ਹੈ, ਮੈਂ ਚਾਹੁੰਦਾ ਕਿ ਸਾਨੂੰ ਸਾਰੇ ਸਮਾਜ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਚੱਲ ਕੇ ਔਰਤ ਜਾਤ ਦੀ ਕਦਰ ਕਰਨੀ ਚਾਹੀਦੀ ਹੈ, ਆਪਸ ਵਿੱਚ ਪਰਸਪਰ ਪ੍ਰੇਮ ਪਿਆਰ, ਇਤਫਾਕ ਅਤੇ ਸਦਭਾਵਨਾ ਦਾ ਮਾਹੌਲ ਰੱਖਣਾ ਚਾਹੀਦਾ, ਅਤੇ ਇਸੇ ਤਰ੍ਹਾਂ ਗੁਰੂਆਂ ਪੀਰਾਂ ਦੇ ਜਿਹੜੇ ਦਿਨ ਨੇ ਉਤਸ਼ਾਹ ਅਤੇ ਜੋਸ਼ ਨਾਲ ਮਨਾਉਣੇ ਚਾਹੀਦੇ ਨੇ। ਅੱਜ ਪੰਨੂ ਸਾਹਿਬ ਆਏ ਨੇ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ,
मैं सारी प्रबंधक कमेटी वालों सारे शहर वालों पन्नू साहब जी का साडे लोक सभा इंचार्ज राजीव शर्मा जी विशेष तौर पर पहुंचे ने उन्होंने जी आखदा धन्यवाद करता। अज श्री गुरु नानक देव जी पातशाह जी पहले जिन्हों के गुरु ने साडे उन्हों का जन्म दिहाड़ा है बहुत बहुत सारे लख लख बधाइया शहर वासियों सारे शहर वासियों आपसी भाईचारे संदेश यही मिलता है गुरपुरब तो आपस च मनाया जाए तो प्यार दे नाल सत्कार दे नाल आपस च जो भी मिलवरत कितने बैठा है रहा जाए। वाहेगुरु जी का खालसा वाहेगुरु जी की फतेह। असी इस तरह ही महाराज की कृपा सदका गुरु नानक साहब जी के गुरपुरब से गुरु गोबिंद सिंह जी के गुरपुरब से बाबा जीवन सिंह जी के गुरपुरब से हर वार सेवा करी दी पिंड गुरबाणी की संथ्या गतका सिखलाई करी दी। असी इस तरह ही हर साल हर मौके से खुशी दे गुरु नानक साहब के गुरपुरब से गुरु गोबिंद सिंह के गुरपुरब से हर साल इस तरह सेवा निभाते हैं गतके की अलग अलग पिंड सिखलाई दे दी गतके की गुरु नानक साहब के गुरपुरब से हर साल सूं मौका मिलता वा इसे शहर के फतेहगढ़ चूड़ियां जिहड़ा गुरु गोबिंद सिंह जी का गुरपुरब आदि सानू मौका मिलता वा। इस जी अहम शख्सियतां जिन्हां वल्लों धन धन श्री गुरु नानक देव जी के प्रकाश पुरब नूं समर्पित जिहड़ा वा संगतां नूं वधाई दे संदेश दित्ते गए ने अते संगतां नूं वध तों वध गुरसिखी नाल जुड़न दी प्रेरिया गया वा। मेरे नाल सुखरंदा ई पंजाब टीवी फतेहगढ़ चूड़ियां।